ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬ ਤੇ ਪ੍ਰੈਸ ਕਰੋ ਬੈਲ ਆਈਕਨ। ਮਨਦੀਪ ਮੰਨਾ ਦੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਤਿੱਖੀ ਨੋਕ ਚੋਕ ਅਕਸਰ ਚੱਲਦੀ ਹੀ ਰਹਿੰਦੀ ਹੈ। ਇਸ ਵਾਰ ਫੇਰ ਮੰਨਾ ਨੇ ਅੰਮ੍ਰਿਤਸਰ ਮਾਲ ਰੋਡ ਤੇ ਪਏ ਟੋਏ ਨੂੰ ਲੈ ਕੇ ਸਿੱਧੂ ਦੇ ਮਹਿਕਮੇ ਖਿਲਾਫ ਮੋਰਚਾ ਖੋਲ ਦਿੱਤਾ। ਮੰਨਾ ਨੇ ਮੌਕਾ ਵਿਖਾਉਂਦੇ ਹੋਏ ਨਿਗਮ ਦੀ ਕਾਰਵਾਈ ਤੇ ਸਵਾਲ ਚੁੱਕੇ ਤੇ ਦੋਸ਼ ਲਗਾਇਆ ਕਿ ਨਿਗਮ ਵੱਲੋਂ ਅਦਾਇਗੀ ਨਾ ਕੀਤੇ ਜਾਣ ਕਰਕੇ ਠੇਕੇਦਾਰਾਂ ਵੱਲੋਂ ਸੜਕ ਮੁਰੰਮਤ ਦਾ ਕੰਮ ਠੱਪ ਕਰ ਦਿੱਤਾ ਗਿਆ ਹੈ, ਜਦਕਿ ਨਿਗਮ ਵੱਲੋਂ PWD ਦੇ ਸਿਰ ਸਾਰਾ ਮਾਮਲਾ ਪਾਇਆ ਜਾ ਰਿਹਾ। ਪਰ ਦੋ ਮਹਿਕਮਿਆਂ ਦੇ ਵਿਚਾਲੇ ਗੁਰੂ ਨਗਰੀ ਦੇ ਲੋਕ ਪਿਸ ਰਹੇ ਨੇ। ਸਤੰਬਰ ਮਹੀਨੇ ਦਾ ਇਹ ਹਾਦਸਾ ਹੋਇਆ ਪਿਆ ਔਰ 5-7 ਦਿਨਾਂ ਚ ਇਹਦਾ ਟੈਂਡਰ ਲੱਗ ਗਿਆ ਸੀ 36 ਲੱਖ ਰੁਪਏ ਦਾ। ਕੰਧ ਕਰਨੀ ਸੀ 300 ਫੁੱਟ, ਉਹ ਕੰਧ ਵੀ ਘਟਾ ਕੇ 140 ਫੁੱਟ ਕੀਤੀ ਗਈ ਆ। ਸਾਈਡਾਂ ਤੇ ਖੱਡਾਂ ਨੇ, ਕੱਲ ਨੂੰ ਸੜਕ ਡਿੱਗਣ ਦਾ ਫਿਰ ਖਤਰਾ। ਔਰ ਇਹ ਪਿਛਲੀ ਵਾਰੀ ਇੱਥੇ ਕੋਈ ਜਾਨੀ ਨੁਕਸਾਨ ਨਹੀਂ ਸੀ ਹੋਇਆ, ਇਹ ਦੁਬਾਰਾ ਚਾਹੁੰਦੇ ਨੇ ਕਿ ਜਾਨੀ ਨੁਕਸਾਨ ਹੋਵੇ, ਦੁਬਾਰਾ ਮੌਕਾ ਦਿੱਤਾ ਜਾਵੇ। ਔਰ 15 ਜਨਵਰੀ ਤੋਂ ਇਹ ਕੰਮ ਬੰਦ ਪਿਆ, ਠੇਕੇਦਾਰ ਨੇ ਕੰਮ ਬੰਦ ਕਰ ਦਿੱਤਾ ਕਿਉਂਕਿ ਉਹਨੂੰ ਇਹ ਕਿਹਾ ਗਿਆ ਸੀਗਾ ਕਾਰਪੋਰੇਸ਼ਨ ਦਾ ਕੋਈ ਟੈਂਡਰ ਹੀ ਨਹੀਂ ਭਰਦਾ, ਇੰਨੀ ਮਾੜੀ ਪੇਮੈਂਟ ਇਹਨਾਂ ਲੋਕਾਂ ਦੀ। ਕੱਲ ਮੈਂ ਮੈਡਮ ਕਮਿਸ਼ਨਰ ਨੂੰ ਮਿਲਿਆ ਸੀਗਾ, ਉਹਨਾਂ ਨੇ ਹੁਣ ਇੱਕ ਚਿੱਠੀ ਜਿਹੜੀ PWDSC ਨੂੰ ਲਿਖ ਦਿੱਤੀ ਹੈ ਕਿ ਬਾਕੀ ਦਾ ਕੰਮ ਤੁਸੀਂ ਕਰਨਾ, ਅਸੀਂ ਆਪਣਾ ਕੰਮ ਕੰਪਲੀਟ ਕਰ ਦਿੱਤਾ। ਮੈਂ ਕੱਲ SC ਜਿਹੜੇ ਗੋਇਲ ਨੇ PWD ਦੇ, ਉਹਨਾਂ ਨਾਲ ਗੱਲ ਕੀਤੀ, ਉਹ ਕਹਿੰਦੇ ਜੀ ਇਹਨਾਂ ਸਾਨੂੰ ਪੂਰਾ ਬੈੱਡ ਬਣਾ ਕੇ ਦੇਣਾ, ਅਸੀਂ ਸੀਵਰ ਨਹੀਂ ਪਾਉਣਾ, ਕੰਮ ਕੰਪਲੀਟ ਨਹੀਂ ਹੈਗਾ। ਦੋ ਮਹਿਕਮਿਆਂ ਦੀ ਲੜਾਈ ਚ ਔਰ ਬਿਨਾਂ ਪੈਸਾ ਇਹਨਾਂ ਨੂੰ ਦਿੱਤਿਆਂ, ਪੈਸੇ ਦੇ ਕਰਕੇ ਸਾਰਾ ਸ਼ਹਿਰ ਦਾ ਜਿਹੜਾ ਕੰਮ ਰੁਕਿਆ ਪਿਆ। ਤੁਹਾਨੂੰ ਦੱਸ ਦਈਏ ਕਿ ਸਤੰਬਰ 2018 ਚ ਸੜਕ ਧਸ ਜਾਣ ਕਾਰਨ ਮਾਲ ਰੋਡ ਤੇ ਕਾਫੀ ਡੂੰਘਾ ਤੇ ਵੱਡਾ ਟੋਆ ਪੈ ਗਿਆ ਸੀ, ਜੋ ਕਿ ਅੱਜ ਤੱਕ ਨਹੀਂ ਭਰਿਆ ਗਿਆ, ਜਿਸ ਨੂੰ ਲੈ ਕੇ ਮੰਨਾ ਨੇ ਇਸ ਵੱਲ ਧਿਆਨ ਦਿੰਦੇ ਹੋਏ ਸਿੱਧੂ ਦੇ ਮਹਿਕਮੇ ਖਿਲਾਫ ਮੋਰਚਾ ਖੋਲਿਆ। ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ, ਚੈਨਲ ਪੰਜਾਬ। ਸਾਡੀ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ।